لو جی السلام علیکم جی ماشاء اللہ جو خوبصورت جناب گھوڑا خوبصورت جناب شیرا ہے گا اور کلے رنگ کا پیور کلے رنگ تے بالکل پورا ہے جی تے پہلے تو آپ شیرا تو بہا دینا بابا ਕੋਈ ਕੰਮ ਨਹੀਂ ਬਾਬਾ ਕਰਦਾ ਜਿਹੜਾ ਤੁਸੀਂ ਭਾਈ ਨਹੀਂ ਕੰਮ ਕਰਦਾ ਅਸੀਂ ਕੋਈ ਕੰਮ ਨਹੀਂ ਕਰਦੇ ਸਾ ਅਸੀਂ ਰੱਖਦੇ ਪਏ ਆ ਵੇਖਣਾ ਕੋਈ ਮੋੜ ਲੱਗਣਾ ਤਾਂ ਵੇਖੋ 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 ਲੋਹਾ ਦੇ ਪੈਸੇ ਲੱਗਦੇ ਨੇ ਲੈਣੇ ਆ ਵੀ ਸਾਨੂੰ ਵੀ ਲੱਗੇ ਆ ਉਹ ਬਾਬਾ ਨਾ ਕਰ ਮੈਨੂੰ ਪੜਾ ਦੇ ਤੂੰ ਜਿਹੜੀ ਗੱਲ ਕਰਨੀ ਤੂੰ ਦੱਸ ਤਾਂ ਤਿੰਨ ਲੱਖ ਰੁਪਈਆ ਦੋ ਸਾਲ ਉਮਰ ਜੀ ਖੁੱਲੇ ਦੀ ਅੱਛਾ ਕੀ ਪੈਸੇ ਨੇ ਮੰਮੀ ਜੀ ਤਿੰਨ ਲੱਖ ਰੁਪਈਆ ਇੱਧਰ ਜਾਣ ਲੱਗਿਆ ਇੱਧਰ ਵੀਰ ਜੀ ਇੱਧਰ ਜਨਾਬ ਇਹਦਾ ਕੋਈ ਰੇਟ ਸ਼ੇਟ 3 ਲੱਖ ਰੁਪਇਆ ਮੰਗਦੇ ਨੇ ਅਤੇ ਉਮਰ ਜਿਹੜੀ ਹੁੰਦੀ ਸੀ 2 ਸਾਲ ਅਤੇ ਨੰਬਰ ਜਿਹੜਾ ਅਸੀਂ ਮੁੰਡੇ ਕੋਲ ਪੁੱਛਦੇ ਹਾਂ ਕਿ ਨੰਬਰਾਂ ਦਾ ਕੀ ਹੈ ਵੀਰ ਕੋਈ ਨਵਾਂ ਲਿਆ ਇਹਦਾ ਨੰਬਰ ਕੀ ਹੈ ਮੋਬਾਈਲ ਨੰਬਰ ਕੀ ਤੁਹਾਡਾ ਹਾਂ ਜ਼ੀਰੋ 344 44 ਇੱਕ ਮਿੰਟ ਹਾਂਜੀ 11 44 8 ਸੌ 35 ਕੋਡ ਨੰਬਰ ਕੀ 1344 11 44 8 ਸੌ 35 ਅਤੇ ਨਾਂ ਕੀ ਤੁਹਾਡਾ ਨਾਂ ਬਸ ਹੈ ਅਬਾਸ ਜੀ ਬਸ ਅਲੀ ਬਸ ਲਓ ਜੀ ਇਹ ਸੀ ਖੁੱਲਾ ਘੋੜਾ ਸਾਡੇ ਨਾਲ ਅਤੇ ਲਓ ਜਨਾਬ ਲੈ ਜਾਓ ਅੱਜ ਕਿੰਨੇ ਪੈਸੇ ਯਾਰ ਇਹ ਜਿੰਨੇ ਦਾ ਜਾਇਜ਼ ਲੈ ਜਾਓ ਕਿੰਨੇ ਪੈਸੇ ਇਹਦਾ 2.5 ਲੱਖ ਰੁਪਈਆ ਨਾਲੇ ਕਹਿੰਦਾ ਜਿੰਨੇ ਤੋਂ ਮਰਜ਼ੀ ਲੈ ਜਾਓ ਨਾਲੇ 2.5 ਲੱਖ ਰੁਪਈਆ ਕਹਿਤਾ ਜੀ ਦੱਸਣਾ ਕੀ ਹੈ ਇਹਦੇ ਕਿੰਨੇ ਪੈਸੇ ਇਹਦਾ 2 ਲੱਖ ਨਹੀਂ ਹਾਂ ਇਹਦਾ 50,000 ਹੈ 50,000 ਵੀ ਲੰਮਾ ਕਰਕੇ ਦੱਸਿਆ ਇਸਦਾ 50,000 ਚਲੋ ਫਿਰ ਲਓ ਜਨਾਬ 50,000 ਘੋੜੀ ਕਿੰਨੇ ਪੈਸੇ ਘੋੜੀ ਦੇ ਕਿੰਨੇ ਘੋੜੀ ਦੇ ਪੈਸੇ 1,20,000 ਹੋਰ ਸੁਣਾ ਕੀ ਹਾਲ ਤੇ ਉਹ ਪਰਲੀ ਦਾ ਰੁਪਈਆ 80,000 ਤੇ ਇਹ ਉਮਰ ਕਿੰਨੀ ਇਹਦੀ ਇਹਦੀ ਉਮਰ 5 ਸਾਲ ਤੇ ਉਹਦੀ ਉਹਦੀ ਜਵਾਨ ਘੋੜੀ ਤੇ ਜਵਾਨ ਤਾਂ ਸਾਰੀਆਂ ਹੀ ਹੋਈਆਂ ਫਿਰ ਤੇ ਨੰਬਰ ਆਪਦਾ ਦੱਸ ਹਾਂ ਨੰਬਰ 0344 ਇੱਕ ਮਿੰਟ ਹੈਰ ਚੱਕ ਲਓ ਜਾ ਹਾਂ ਹੁਣ ਦੱਸ 0344 ਹਾਂ 79 83 285 ਬੰਦਾ ਤੂੰ ਸਹੀ ਹੱਸ ਕੇ ਦੱਸਣਾ ਨੰਬਰ ਲੈ ਦੱਸ ਲਓ ਜੀ ਘੋੜੀਆਂ ਅੱਛੀਆਂ ਅੱਗੇ ਵਿਕ ਗਈਆਂ ਮੇਰੇ ਕੋਲ ਬੜੀਆਂ ਅੱਛੀਆਂ ਘੋੜੀਆਂ ਮੈਂ ਲੇਟ ਹਾਂ ਯਾਰ ਤੂੰ ਲੇਟ ਹੈ ਬੜੀਆਂ ਅੱਛੀਆਂ ਘੋੜੀਆਂ ਆਉਂਦੀਆਂ ਤੂੰ ਵੇਖ ਕੇ ਮੇਰੀ ਆਨੰਦ ਕੋ ਚਲੋ ਹੁਣ ਤਾਂਦਰੇ ਆਏਗਾ ਹਾਂ ਤਾਂਦਰੇ ਆਸਣਾ ਚਲੋ ਆ ਤਾਂ ਨੰਬਰ ਮੇਰਾ ਪੱਕਾ ਕੀਤਾ ਪੱਕਾ ਨੰਬਰ ਅਸਲਾਮ ਵਾਲੇਕੁਮ ਇਹ ਵੀ ਆਪਣੀ ਇਹ ਕਿੰਨੇ ਦੀ ਵਿਕੀ ਹੈ ਇਹ ਵਿਕੀ ਹੈ 75,000 ਦੀ 75 ਕੋ ਟੰਗ ਟੁੰਗ ਫਰੀ ਹੋਈ ਹੈ ਨਹੀਂ 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 ਕੋਰੀ ਬਿਆਨ ਹੈ ਜੰਤ ਅੱਛਾ ਤੇ ਉਹ ਪਰਲਾ ਉਹ ਪਰਲੀ ਵਿਕੀ ਹੈ 40,000 ਉਹ 40,000 ਦੇ ਲਓ ਜੀ ਉਹ ਪਰਲੀ 40,000 ਤੇ ਉਹ ਸਾਵੀ ਵੀ ਤੇਰੀ ਹੈ ਅੱਛਾ ਲਓ ਜੀ ਉਹ ਸਾਵੀ ਵਿਖਾ
ਦੇ ਨਾਲ ਇਹ ਸਾਰੀ ਵਿਖਾ ਰਿਹਾ ਜੀ ਇਹ ਸਾਰੀ ਇਹ ਤਾਂ ਮੈਨੂੰ ਥਾਰੋ ਪਰੇਡ ਲੱਗਦੀ ਹੈ ਭਾਜੀ ਇਹ ਥਾਰੋ ਪਰੇਡ ਜੇ ਮਗਰ ਇੱਥੇ ਮਾਲਕ ਸ਼ਾਲਕ ਹੋ ਨਹੀਂ ਹੈਗਾ ਜੀ ਅਸਲਾਮੁਅਲੈਕੁਮ ਵੀਰ ਜੀ ਕੀ ਨਾਂ ਹੈ ਅਨਸਰਬਾਦ ਕਿਹੜੇ ਇਲਾਕੇ ਤੋਂ ਹੈ ਅੱਛਾ ਇਹ ਕਿੰਨੇ ਦਾ ਹੈਗਾ ਬਛੇਰਾ ਬਛੇਰੀ ਹੈ ਕਿੰਨੇ ਪੈਸੇ ਹੁੰਦੇ ਪੈਸੇ 70 ਮੰਗਣੇ ਆਪ ਅੱਛਾ 70,000 ਰੁਪਇਆ ਅੱਛਾ 70,000 ਰੁਪਇਆ ਅਤੇ ਵੀਰ ਜੀ ਇਹ ਟੈਲੀਫੋਨ ਨੰਬਰ ਲਓ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸਾਡੇ ਚੈਨਲ ਨੂੰ ਵੀ ਕਰੋ ਇਜਾਜ਼ਤ ਚਾਹਾਂ ਜੀ ਅੱਲਾਹ ਹਾਫਿਜ਼